Thank you.
ਅੰਤ ਵੇਲੇ ਭਗਵਾਨ ਦਾ ਦਰਸ਼ਨ, ਭਗਵਾਨ ਦੇ ਹੱਥੋਂ ਮਰ ਰਿਹਾ, ਅੰਤ ਕਾਲ ਹੈ, ਦਰਸ਼ਨ ਕੀਤਾ ਕਿ ਨਹੀਂ ਕੀਤਾ? ਜੇ ਅੰਤ ਵੇਲੇ ਦਰਸ਼ਨ ਕਰ ਰਿਹਾ, ਸਹਿਬਾਸੀ ਨੂੰ ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ ਤੇ ਫਿਰ ਗਰਭਾਸ ਨਾ ਭਰਿਆ, ਜਿਹਨਾਂ ਸੁਣਿਆ ਵਾ ਜਿਹਨਾਂ ਪੇਖਿਆ, ਜੋ ਵੇਖ ਰਿਹਾ ਅੱਖਾਂ ਦੇ ਸਾਹਮਣੇ ਭਗਵਾਨ ਖੜੋਤੇ ਹਨ, ਔਰ ਜਿਸ ਨੂੰ ਪਤਾ ਹੈ ਕਿ ਮੈਂ ਭਗਵਾਨ ਦੇ ਹੱਥੋਂ ਮਰਿਆ, ਉਹ ਬਾਣੀ ਕਿਤਨਾ ਵੀ ਪਾਪੀ ਅਪਰਾਧੀ ਹੋਏਗਾ ਉਹ ਜ਼ਰੂਰ ਬਖਸ਼ਿਆ ਜਾਏ। ਇਸ ਵਾਸਤੇ ਆਖੀ ਹੈ ਕੰਸ ਕਿਰਤਾਰ ਚੁੱਕੀਓ, ਭਗਵਾਨ ਕ੍ਰਿਸ਼ਨ ਨੇ ਕੰਸ ਦਾ ਕਿਰਤਾਰ ਕੀਤਾ। ਦਰਗਾਹ ਦੀ ਪਾਤਸ਼ਾਹੀ ਹੋਵੇ ਉੱਥੇ ਲੋਕ ਦੀ ਪਾਤਸ਼ਾਹੀ ਨੂੰ ਉਹਨਾਂ ਕਦੀ ਤੱਕਿਆ ਨਹੀਂ। ਲੋਕ ਦੀ ਪਾਤਸ਼ਾਹੀ ਤਾਂ ਉਹਨਾਂ ਨੇ ਮੰਗਤਿਆਂ ਦੀ ਚੋਲੀ ਜਿਵੇਂ ਕੋਈ ਸੁੱਕੀ ਆਟਾ ਪਾ ਦਿੰਦਾ, ਇੰਝ ਉਹਨਾਂ ਨੇ ਇਹ ਦਾਨ ਦਿੱਤੇ। ਪੇਟ ਕੁੱਟਦੇ ਆਏ ਤੇ ਰਾਜਬਾਗ ਦੇ ਮਾਲਕ ਬਣ ਕੇ ਗਏ। ਉਸ ਬਾਦਸ਼ਾਹ ਨੂੰ ਦੁਨੀਆਂ ਦਾ ਬਾਦਸ਼ਾਹ ਅਖਵਾਣਾ ਨਾ ਭਾਇਆ, ਬਹਾਦਰ ਸ਼ਾਹ ਨੂੰ ਰਾਜ ਦੇ ਦਿੱਤਾ, ਪਰ ਨਾਲ ਬਚਨ ਲੈ ਲਿਆ ਵੀ ਇਹ ਪਾਪ ਦਾ ਪ੍ਰਾਸ਼ਚਿਤ ਤੂੰ ਕਰੇਗਾ ਜੀ, ਮੈਂ ਕਰਾਂਗਾ। ਪਰ ਉਸਨੇ ਪ੍ਰਾਸ਼ਚਿਤ ਕੋਈ ਨਹੀਂ ਕੀਤਾ, ਆਖੀਰ ਮੁਕਰ ਗਿਆ, ਬਚਨ ਆਪਣਾ ਨਾ ਪਾ ਲਿਆ। ਬਚਨ ਕੀਤਾ ਸੀ ਪਰ ਤੋੜ ਨਾ ਚਾੜੇ।
ਸਾਹਿਬ ਯਾਦ ਕਰਾਉਣ ਵਾਸਤੇ ਆਏ ਔਰ ਆ ਕੇ ਠਹਿਰੇ ਮੋਤੀ ਬਾਗ ਗੁਰਦੁਆਰੇ, ਇੱਕ ਛੋਟਾ ਜਿਹਾ ਗੁਰਦੁਆਰਾ, ਹੁਣ ਤੇ ਮੈਂ ਨਹੀਂ ਦੇਖਿਆ, ਬੜੀ ਮੁਦਤ ਹੋਈ ਹੈ, ਦਰਸ਼ਨ ਕਰਨ ਵਾਸਤੇ ਗਿਆ ਤਾਂ। ਉਹ ਇੱਕ ਬੜੀ ਛੋਟੀ ਜਿਹੀ ਥਾਂ ਜਿੱਥੇ ਹਜ਼ੂਰ ਆਣ ਕੇ ਟਿਕੇ ਤੇ ਬਾਦਸ਼ਾਹ ਨੂੰ ਸੁਣੇ ਭੇਜੇ ਵੀ ਆਣ ਕੇ ਗੱਲ ਸੁਣ, ਕੁਛ ਹਿਸਾਬ ਕਰਨਾ ਤੇਰੇ ਨਾਲ, ਤੈਨੂੰ ਬਾਦਸ਼ਾਹੀ ਦਿੱਤੀ ਸੀ ਔਰ ਤੇਰੇ ਕੋਲੋਂ ਕੁਛ ਬਚਨ ਲਏ ਸਨ, ਉਹਨਾਂ ਬਚਨਾਂ ਦੇ ਪੂਰਾ ਕਰਨ ਦਾ ਵੇਲਾ ਆਇਆ ਔਰ ਤੂੰ ਨਹੀਂ ਕੀਤੇ, ਤੇਰੇ ਨਾਲ ਕੁਝ ਹਿਸਾਬ ਕਰਨਾ। ਬਾਦਸ਼ਾਹ ਨੂੰ ਜਿਹੜਾ ਸੁਣਿਆ ਮਿਲੇ, ਸੁਣਿਆ ਸੁਣਿਆ ਕਰ ਛੱਡੇ। ਆਖੀਰ ਸਾਹਿਬ ਨੇ ਇੱਕ ਤੀਰ ਛੱਡਿਆ, ਮੋਤੀ ਬਾਗ ਗੁਰਦੁਆਰੇ ਵਿੱਚ ਬੈਠੇ ਆ, ਸਾਹਿਬ ਨੇ ਇੱਕ ਤੀਰ ਛੱਡਿਆ ਔਰ ਉਹ ਤੀਰ ਲਾਲ ਕਿਲੇ ਵਿੱਚ ਆ ਕੇ ਜਿਸ ਪਲੰਗ ਤੇ ਬਾਦਸ਼ਾਹ ਬੈਠਾ ਸੀ ਉਸ ਪਾਵੇ ਨੂੰ ਆਣ ਕੇ ਵੱਜਿਆ ਤੇ ਤੀਰ ਦੇ ਅੱਗੇ ਲੱਗਾ ਸੀ ਸੋਨਾ। ਉਸ ਸੋਨੇ ਨੇ ਦਿੱਤਾ ਸੁਨੇਹਾ ਕਿ ਮੈਂ ਕਲਗੀਧਰ ਪਾਤਸ਼ਾਹ ਦੇ ਹੱਥੋਂ ਆਇਆ ਹਾਂ ਔਰ ਬਾਦਸ਼ਾਹ ਤੈਨੂੰ ਬਾਰ ਬਾਰ ਬੁਲਾਇਆ, ਤੂੰ ਆਇਆ ਨਹੀਂ, ਤਾਂ ਸਮਝ ਲੈ ਬਈ ਇਹ ਤੀਰ ਤੇਰੀ ਛਾਤੀ ਨੂੰ ਵੀ ਵਿੰਨ ਸਕਦਾ, ਤੈਨੂੰ ਵੀ ਮੌਤ ਦੇ ਘਾਟ ਉਤਾਰ ਸਕਦਾ, ਪਰ ਤੈਨੂੰ ਆਪਣੀ ਹੱਥੀ ਸਖ਼ਤ ਤੇ ਬਿਠਾਇਆ ਹੈ, ਇਸ ਵਾਸਤੇ ਇੱਥੋਂ ਤੱਕ ਨੌਬਤ ਨਾ ਪਹੁੰਚੀ, ਕਿਉਂਕਿ ਪਾਣੀ ਨੂੰ ਬੜੀ ਲਾਜ ਹੈ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ। ਪਾਣੀ ਨੂੰ ਕਿਸੇ ਪੁੱਛਿਆ ਤੇਰੇ ਵਿੱਚ ਸੋਨੇ ਦੀ ਡਲੀ ਪਾਈ ਤੂੰ ਡੋਬ ਛੱਡੀ, ਤੇਰੇ ਵਿੱਚ ਚਾਂਦੀ ਦਾ ਟੁਕੜਾ ਸੁੱਟਿਆ ਤੂੰ ਉਹ ਵੀ ਡੁਬੋ ਦਿੱਤਾ, ਪਰ ਜਿਸ ਵੇਲੇ ਤੇਰੇ ਵਿੱਚ ਲੱਕੜੀ ਸੁੱਟੀ ਤੇ ਤੂੰ ਲੱਕੜੀ ਨੂੰ ਡੋਬ ਹੀ ਨਾ ਸਕਿਆ। ਪਾਣੀ ਨੇ ਆਖਿਆ ਮੈਂ ਡੋਬ ਨਹੀਂ ਸਕਿਆ, ਮੈਂ ਜਾਣ ਕੇ ਨਹੀਂ ਡੋਬਿਆ, ਮੈਂ ਲੱਕੜੀ ਨੂੰ ਡੋਬਦਾ ਹੀ ਨਹੀਂ, ਕਿਉਂ ਨਹੀਂ ਡੁੱਬਦਾ, ਤੈਨੂੰ ਕੀ ਲਿਆ ਜਿਹਾ ਲੱਕੜੀ ਦਾ। ਪਾਣੀ ਨੇ ਆਖਿਆ ਇਸਨੂੰ ਮੈਂ ਆਪ ਪਾ ਲਿਆ ਹੋਇਆ, ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜਾ, ਪਾਲਣ ਦੀ ਲੱਜਾ ਹੈ ਮੈਨੂੰ, ਮੈਂ ਕਾਠ ਨਹੀਂ ਡੋਬਦਾ, ਮਲਕੇ ਕਾਠ ਦੀ ਜੇ ਸੰਗਤ ਕਰ ਲਵੇ ਲੋਹਾ ਮੈਂ ਲੋਹਾ ਵੀ ਤਾਰ ਸਕਦਾ। ਜਿਵੇਂ ਆਂਦੇ ਲੱਕੜੀ ਨਾਲ ਲੋਹਾ ਵੀ ਤਰ ਜਾਂਦਾ, ਲੱਕੜੀ ਦੇ ਸੰਗ ਨਾਲ, ਕਿਉਂਕਿ ਲੱਕੜੀ ਦਾ ਬੜਾ ਲਿਆਜ ਹੈ ਪਾਣੀ ਨੂੰ, ਆਪ ਜੋ ਪਾਲਿਆ ਹੋਇਆ, ਜੇ ਪਾਣੀ ਅਸੀਂ ਰਗਾਂ ਵਿੱਚ ਨਾ ਹੁੰਦਾ ਤੇ ਲੱਕੜੀ ਉੱਠਦੀ ਨਾ ਦਰਦੀ, ਪਰ ਪਾਣੀ ਨੇ ਅਸੀਂ ਰਗਾਂ ਵਿੱਚ ਆ ਕੇ ਇਸਨੂੰ ਜੀਵਨ ਬਖਸ਼ਿਆ ਹੈ, ਇਸਨੂੰ ਪਾਲਿਆ, ਇਹਨੂੰ ਪਾਲ ਪੋਸ ਕੇ ਵੱਡਾ ਕੀਤਾ, ਹੁਣ ਕਿਵੇਂ ਡਬੋ ਛੱਡੇ। ਸਾਹਿਬ ਨੇ ਆਖਿਆ ਤੈਨੂੰ ਆਪ ਇਸ ਰਾਜ ਬਾਗ ਦਾ ਮਾਲਕ ਕੀਤਾ, ਇਸ ਵਾਸਤੇ ਤੈਨੂੰ ਮਾਰਨਾ ਗੱਲ ਤਾਂ ਵੱਡੀ ਕੋਈ ਨਹੀਂ ਸੀ, ਪਰ ਇਹ ਸੁਨੇਹਾ ਇਸ ਵਾਸਤੇ ਭੇਜਿਆ ਵੀ ਅਜੇ ਵੇਲਾ ਹੈ, ਆ ਮੇਰੀ ਗੱਲ ਸੁਣ। ਮੂਰਖਣ ਜਿਹੜੇ ਲਿਖਦੇ ਹਨ ਕਿ ਆਨੰਦਪੁਰੀ ਉੱਜੜ ਗਈ, ਸਾਹਿਬਜ਼ਾਦੇ ਸ਼ਹੀਦ ਹੋ ਗਏ, ਸਿੱਖ ਮਾਰੇ ਗਏ, ਇਕੱਲੇ ਰਹਿ ਗਏ, ਉਦਾਸ ਹੋ ਕੇ ਧਿਆਨ ਬੈਠੇ, ਦਰਗਾਹੀ ਸ਼ਕਤੀਆਂ ਕੁੱਲ ਜਿਨ੍ਹਾਂ ਦੀਆਂ ਮੁੱਠੀ ਵਿੱਚ ਹੋ, ਸ਼ਹੀਦਾਂ ਦੀ ਫੌਜ ਜਿਨ੍ਹਾਂ ਦੇ ਇਸ਼ਾਰੇ ਤੇ ਚੱਲਦੀ ਹੋਵੇ, ਉਹਨਾਂ ਨੂੰ ਕੋਈ ਉਦਾਸੀ ਆ ਸਕਦੀ ਹੈ? ਮੋਤੀ ਬਾਗ ਤੋਂ ਬੈਠਿਆਂ ਤੀਰ ਚਲਾ ਕੇ ਬਾਦਸ਼ਾਹ ਦੇ ਪਾਵੇ ਨੂੰ ਵਿੰਨ ਦੇਣਾ,
ਕਿ ਉਸਨੂੰ ਮਾਰ ਨਹੀਂ ਕਰ ਸਕਦੇ। ਤੇ ਫਿਰ ਬਾਦਸ਼ਾਹ ਕਿਉਂ ਆਇਆ? ਉਹ ਜਾਣ ਗਿਆ ਕਿ ਸਾਹਿਬ ਕਰਾਮਾਤ ਜੋ ਚਾਹੁਣ ਕਰ ਸਕਦੇ ਹਨ। ਆਇਆ ਜਿਸ ਵੇਲੇ ਹਜ਼ੂਰ ਨੇ ਪੁੱਛਿਆ ਕਿਉਂ ਬਾਦਸ਼ਾਹ? ਬਚਨ ਕੀਤਾ ਸੀ ਪੂਰਾ ਨਹੀਂ ਹੋਇਆ। ਕਹਿਣ ਲੱਗਾ ਜੀ ਨਵਾਂ ਨਵਾਂ ਰਾਜ ਸੰਭਾਲਿਆ, ਜੇ ਸਮਝੋ ਵੀ ਮੈਂ ਹੁਣ ਸਰਹੰਦ ਦੇ ਨਵਾਬ ਨੂੰ ਫੜਾਂ ਜਾਂ ਕਿਸੇ ਹੋਰ ਨੂੰ ਮਾਰਾਂ ਤੇ ਪਰਜਾ ਪਤਾ ਨਹੀਂ ਬਗਾਵਤ ਕਰਦੇ, ਕਿਉਂਕਿ ਇਹਨਾਂ ਲੋਕਾਂ ਦਾ ਵੀ ਆਪਣੇ ਆਪਣੀਆਂ ਥਾਵਾਂ 'ਤੇ ਬੜਾ ਰਸੂਖ ਹੈ। ਇਸ ਵਾਸਤੇ ਕੁਝ ਸਮਾਂ ਠਹਿਰ ਜਾਓ, ਮੇਰੇ ਕੁਝ ਪੈਰ ਪੱਕੇ ਹੋ ਜਾਣ, ਅਤੇ ਫਿਰ ਜਿਵੇਂ ਤੁਸੀਂ ਆਖੋਗੇ ਮੈਂ ਉਵੇਂ ਕਰਾਂਗਾ। ਸਾਹਿਬ ਨੇ ਆਖਿਆ ਨਹੀਂ, ਹੁਣ ਇਹ ਕੰਮ ਤੇਰੇ ਹੱਥੋਂ ਨਹੀਂ, ਤੈਨੂੰ ਸੇਵਾਦਾਰ ਜਾਣ ਕੇ ਸੇਵਾ ਦਿੱਤੀ ਸੀ, ਤੂੰ ਨਹੀਂ ਕੀਤੀ, ਹੁਣ ਅਸੀਂ ਸੇਵਾਦਾਰ ਹੋਰ ਲੱਭਾਂਗੇ। ਜਿਹੜਾ ਇਹ ਕੰਮ ਸਿਰੇ ਚੜਾਏਗਾ ਤਾਂ ਸਾਹਿਬ ਇੱਥੋਂ ਚੱਲੇ ਅਤੇ ਹਜ਼ੂਰ ਸਾਹਿਬ ਪਹੁੰਚੇ। ਉੱਥੇ ਫਿਰ ਬੰਦਾ ਬੈਰਾਗੀ, ਇਹ ਸੇਵਾ ਉਹਨੂੰ ਸੌਂਪੀ ਕਿ ਜਾ ਬੰਦਿਆ ਇਹ ਕੰਮ ਤੂੰ ਕਰ, ਬਾਦਸ਼ਾਹ ਨੇ ਨਹੀਂ ਕੀਤਾ। ਹੁਣ ਮੈਂ ਉਸਨੂੰ ਕਹਿਣਾ ਵੀ ਨਹੀਂ, ਇਹ ਕੰਮ ਹੁਣ ਤੇਰੇ ਜਿੰਮੇ ਹੈ ਪਾਤਸ਼ਾਹ, ਮੈਂ ਇਕੱਲਾ ਆਖਿਆ, ਤੂੰ ਇਕੱਲਾ ਨਹੀਂ, ਤੇਰੇ ਨਾਲ ਗੁਰੂ ਹੈ। ਆ ਲੈ ਪੰਜ ਤੀਰ, ਜਿਸ ਵੇਲੇ ਕੋਈ ਬੜੀ ਔਕੜ ਬਣੇ ਇੱਕ ਤੀਰ ਚਲਾਈ, ਇੱਕ ਤੀਰ, ਫਿਰ ਪਤਾ ਹੀ ਕੀ ਹੋਵੇਗਾ। ਸਾਹਿਬ ਨੇ ਤੀਰ ਚਲਾ ਕੇ ਦਿਖਾਇਆ ਤੇ ਵੇਖਦਿਆਂ ਵੇਖਦਿਆਂ ਆਕਾਸ਼ ਵਿੱਚ ਘਟਾ ਛਾ ਗਈ। ਕਹਿਣ ਲੱਗੇ ਬੰਦਿਆ ਇਹ ਬੱਦਲ ਨਹੀਂ, ਇਹ ਅਕਾਲੀ ਫੌਜਾਂ, ਇਹ ਸ਼ਹੀਦਾਂ ਦੀ ਫੌਜ ਹੈ ਜੋ ਤੇਰੇ ਇਸ਼ਾਰੇ ਤੇ ਤੇਰੀ ਤਾਬਿਆ ਕੀਤੀ। ਜਿੱਥੇ ਤੂੰ ਖੜੋਏਗਾ ਇਹ ਸਭ ਤੇਰੀ ਕੰਡ ਕੱਢਣਗੇ। ਜਿਵੇਂ ਬਾਬਾ ਜੀ ਬਚਨ ਕਰਦੇ ਸਨ, ਸਮਾਂ ਆਵੇਗਾ ਸਿੱਖ ਰਹਿ ਜਾਣਗੇ ਥੋੜੇ, ਪਰ ਜਿਤਨੇ ਕੁ ਰਹਿ ਜਾਣਗੇ ਬੜੀ ਕਰਨੀ ਵਾਲੇ ਹੋਣਗੇ, ਕਮਾਈ ਵਾਲੇ ਹੋਣਗੇ। ਉਹ ਫਿਰ ਕੀ ਕਰਨਗੇ? ਉਹ ਇੱਕ ਇੱਕ ਸਿੱਖ ਲੜੇਗਾ ਜਿਸ ਵੇਲੇ, ਨਾਲ ਹੋਣਗੀਆਂ ਸ਼ਹੀਦੀ ਫੌਜਾਂ, ਤੇ ਜਿੱਥੋਂ ਵੀ ਲੰਘੇਗਾ ਲਤਾੜੀ ਜਾਏਗਾ ਸਾਰਿਆਂ ਨੂੰ। ਲੋਕੀ ਆਖਣਗੇ ਇਕੱਲੇ ਸਿੱਖ ਨੇ ਇਤਨੇ ਬੰਦੇ ਮਾਰ ਦਿੱਤੇ। ਉਹ ਲੋਕਾਂ ਦੀ ਅੱਖ ਵਿੱਚ ਤਾਂ ਸਿੱਖ ਇਕੱਲਾ ਹੈ, ਪਰ ਸਿੱਖ ਆਪਣੀ ਅੱਖ ਨਾਲ ਕੀ ਤੱਕਦਾ, ਮੈਂ ਇਕੱਲਾ ਨਹੀਂ, ਮੇਰੇ ਨਾਲ ਗੁਰੂ ਖੜੋਤਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਇਸ ਵਾਸਤੇ ਨਿਤਨੇਮ ਦੀ ਬੜੀ ਬਰਕਤ, ਜੋ ਨਿਤਨੇਮ ਕਰੇਗਾ ਪਤਾ ਨਹੀਂ ਉਸ ਸਮੇਂ ਤੱਕ ਕਿਸ ਕਿਸ ਨੇ ਰਹਿਣਾ ਜਾਂ ਕੌਣ ਕੌਣ ਜਾ ਕੇ ਤੇ ਫਿਰ ਮੁੜ ਕੇ ਆ ਜਾਵੇ। ਇਸ ਵਾਸਤੇ ਜੇ ਰਹਿਣਾ ਤਾਂ ਵੀ, ਜੇ ਜਾ ਕੇ ਆਉਣਾ ਤਾਂ ਵੀ, ਉਸ ਸਮੇਂ ਵਾਸਤੇ ਹਰ ਇੱਕ ਬੰਦਾ ਉਮੀਦਵਾਰ ਹੈ, ਕੋਈ ਕਰ ਲਵੇ, ਕੋਈ ਪੰਡਾ ਮੰਨ ਲਵੇ। ਕਿਉਂਕਿ ਬੰਦੇ ਦੀ ਜਿਵੇਂ ਇਸ ਸਮੇਂ ਤਾਕਤ ਹੈ ਨਾ, ਪੈਸਾ ਚਾਹੁੰਦਾ, ਮੈਂ ਪੈਸੇ ਨਾਲ ਜੋ ਮਰਜ਼ੀ ਕਰ ਲਵਾਂ। ਉਸ ਸਮੇਂ ਵਿੱਚ ਪੈਸੇ ਦੀ ਤਾਕਤ ਨਹੀਂ, ਉਸ ਸਮੇਂ ਵਿੱਚ ਆਤਮ ਬਲ ਦੀ ਤਾਕਤ ਹੋਵੇਗੀ, ਔਰ ਆਤਮ ਬਲ ਬਣਦਾ ਜਪ ਕੇ ਸ੍ਰੀ ਵਾਹਿਗੁਰੂ। ਜਪਣ ਵਾਲਿਆਂ ਦਾ ਜ਼ਿਕਰ ਕੱਲ੍ਹ ਤੋਂ ਕਰ ਰਹੇ ਹਾਂ ਕਿ ਜਿਨ੍ਹਾਂ ਨੇ ਖਾਲਾਂ ਖਾਲੀਆਂ, ਤੇਗਾ ਮਾਰੀਆਂ, ਅੱਜ ਉਹਨਾਂ ਦੇ ਨਾਮ ਕਿਵੇਂ ਰੌਸ਼ਨ ਹਨ। ਸੂਰਜ ਚੰਦਰਮਾ ਜਦੋਂ ਨਹੀਂ ਰਹਿਣਗੇ, ਨਾਮ ਉਹਨਾਂ ਦੇ ਉਦੋਂ ਵੀ ਸੰਸਾਰ ਵਿੱਚ ਚਾਨਣ ਕਰਨਗੇ।
ਜਿਵੇਂ ਭਾਈ ਕਲੇਜਾ, ਜਿਵੇਂ ਹੋਰ ਗੁਰੂ ਕੇ ਅਨੇਕਾਂ ਸਿੱਖ ਪਿਆਰੇ ਜੋ ਇਸ ਵੇਲੇ ਧਰਮ ਦੀਆਂ ਧਜਾਂ ਦੇ ਰੂਪ ਵਿੱਚ ਸਾਡੀਆਂ ਅੱਖਾਂ ਦੇ ਸਾਹਮਣੇ ਖੜੋਤੇ ਹਨ। ਸਤਿ ਸ੍ਰੀ ਅਕਾਲ, ਬੋਲੋ ਸ੍ਰੀ। ਜੋ ਕਾਰਕ ਲੋਕ ਹਨ ਉਹਨਾਂ ਦੇ ਹੱਥ ਇਹ ਬਰਕਤਾਂ ਹਨ। ਜੋ ਚਾਹੁਣ ਜਿਹਦੇ ਸਿਰ ਤੇ ਹੱਥ ਰੱਖਣ ਉਸ ਤੋਂ ਕਰਵਾ ਲੈ। ਅੱਠਵੇਂ ਪਾਤਸ਼ਾਹ ਨੇ ਜੀਵਨ ਦੇ ਸਿਰ ਤੇ ਛੱਟੀ ਰੱਖੀ, ਉਹਨੇ ਵੇਦ ਪੜ੍ਹ ਕੇ ਸੁਣਾ ਦਿੱਤੇ, ਗੀਤਾ ਦੇ ਅਰਥ ਕਰ ਦਿੱਤੇ, ਤੇ ਜੇ ਛੱਟੀ ਚੁੱਕ ਲੈਣ ਤਾਂ ਮੂਰਖ ਹੈ, ਤੇ ਜੇ ਛੱਟੀ ਰੱਖ ਦੇਣ ਸਿਰ ਤੇ ਤਾਂ ਸਿੰਗਲ ਪਰਬਤ ਪਾਰ ਪਰੇ। ਖਲ ਚਤੁਰਬ ਕੀਤਾ, ਖਲ ਮੂਰਖ ਨੂੰ ਆਖਦੇ ਹਨ। ਮੂਰਖ ਨੂੰ ਚਤੁਰ ਤੇ ਸਿਆਣਾ ਬਣਾ ਦਿੱਤਾ ਉਸ ਛੱਟੀ ਦੀ ਛੋ ਨਾਲ। ਕਾਰਕ ਲੋਕ ਸਨ, ਸਤਯੁਗ ਦਾ ਸਮਾਂ ਸੀ, ਬਾਵਨ ਕਾਰਕ ਸਨ ਭਗਵਾਨ ਕ੍ਰਿਸ਼ਨ। ਦੁਆਪੁਰ ਦਾ ਸਮਾਂ ਸੀ, ਜਿਸ ਵੇਲੇ ਕੰਸ ਨੂੰ ਮਾਰ ਕੇ ਤਾਰਕ ਕੀਤਾ ਤੇ ਰਾਜ ਬਖਸ਼ਿਆ। ਉਗਰ ਸੈਨ ਕੋ ਰਾਜ ਅਭੈ ਭਗਤਾਂ ਜਨ ਦੀਓ। ਅਬ ਕਲਯੁਗ ਪ੍ਰਮਾਣ, ਹੁਣ ਸਮਾਂ ਹੈ ਕਲਯੁਗ ਦਾ ਔਰ ਜਗਤ ਗੁਰੂ ਗੁਰੂ ਨਾਨਕ ਦੇਵ। ਹੁਣ ਰਾਜ ਗੁਰੂ ਨਾਨਕ ਦਾ, ਹੁਣ ਪੈੜਾ ਗੁਰੂ ਨਾਨਕ ਦਾ। ਹਰ ਸਮੇਂ ਵਿੱਚ ਜਿਤਨੀਆਂ ਕਲਾ ਦੀ ਲੋੜ ਪਈ, ਕਾਰਕ ਲੋਕ ਕਲਾ ਲੈ ਕੇ ਆਏ ਔਰ ਕੰਮ ਕੀਤਾ ਔਰ ਕੀਤਾ ਸ਼ਾਨਦਾਰ। ਅੱਜ ਤਾਈਂ ਉਹਨਾਂ ਦੇ ਨਾਮ ਰੌਸ਼ਨ ਹਨ ਔਰ ਰੌਸ਼ਨ ਰਹਿਣਗੇ। ਜਿਵੇਂ ਆਖਿਆ ਰਾਮ ਕਥਾ ਜੁਗ ਜੁਗ ਅਟਲ, ਇਹ ਜੁਗ ਜੁਗ ਅਟਲ ਕਥਾ, ਕਿਉਂਕਿ ਕਾਰਕ ਲੋਕਾਂ ਦੀ ਕਥਾ ਮਿਟ ਨਹੀਂ ਸਕਦੀ। ਪਰ ਹੁਣ ਜਿਹੜਾ ਸਮਾਂ ਜਾ ਰਿਹਾ, ਇਹ ਸਮਾਂ ਹੈ ਕਲਯੁਗ ਦਾ ਔਰ ਕਲਯੁਗ ਨੂੰ ਉਤਾਰਨ ਵਾਸਤੇ ਜਗਤ ਗੁਰੂ ਗੁਰੂ ਨਾਨਕ ਦੇਵ। ਹੁਣ ਗੁਰੂ ਨਾਨਕ ਦਾ ਸਮਾਂ ਹੈ, ਇਸ ਵਾਸਤੇ ਗੁਰੂ ਨਾਨਕ ਦੀ ਗੋਦ ਵਿੱਚ ਆਓ, ਗੁਰੂ ਨਾਨਕ ਦੀ ਸੰਗਤ ਵਿੱਚ ਆਓ। ਪਿਛਲੇ ਸਮੇਂ ਦੇ ਪੁਰਾਣ ਸਾਖੀਆਂ ਸਭੇ ਸੱਚ ਹਨ, ਸਭ ਪੜ੍ਹਾਂਗੇ, ਪਰ ਮੋਹਰ ਗੁਰੂ ਨਾਨਕ ਦੀ ਲੱਗੇਗੀ ਤਾਂ ਸਫਲ ਹੋਣਗੇ, ਕਿਉਂਕਿ ਜਿਹਦਾ ਰਾਜ ਸਿੱਕਾ ਉਸੇ ਦਾ। ਸਤਿ ਸ੍ਰੀ ਅਕਾਲ ਸ੍ਰੀ। ਪਿਛਲੀਆਂ ਥਾਵਾਂ ਯਾਦਗਾਰ ਬਤੌਰ ਰੱਖੀਆਂ ਹੋਈਆਂ ਹਨ, ਪਰ ਮਹਿਲ ਅੱਗਾਂ ਨਵੇਂ ਬਣਦੇ ਆਏ ਹਨ। ਨਵੀਂ ਦਿੱਲੀ ਵੱਲ ਜਾ ਕੇ ਤੱਕੋ, ਕਿਤਨੇ ਮਹਿਲ ਹਨ, ਕਿੱਡੇ ਸੋਹਣੇ, ਚੰਗੇ ਤੋਂ ਚੰਗੇ। ਪਰ ਜਦ ਵੀ ਜਿਹੜਾ ਰਾਜਾ ਆਇਆ, ਉਸਨੇ ਆਪਣੇ ਰਹਿਣ ਵਾਸਤੇ ਨਵਾਂ ਮਹਿਲ ਬਣਾਇਆ। ਉਹ ਮਹਿਲ ਬਤੌਰ ਯਾਦਗਾਰ ਰੱਖੇ ਹਨ, ਵੀ ਦੁਨੀਆ ਦੇਖੇ ਕਿ ਫਲਾਣੇ ਸਮੇਂ ਵਿੱਚ ਫਲਾਣਾ ਰਾਜਾ ਸੀ, ਉਹ ਇਸ ਮਹਿਲ ਵਿੱਚ ਰਹਿੰਦਾ ਸੀ। ਉਹ ਮਹਿਲ ਢਾਏ ਨਹੀਂ, ਕਾਇਮ ਰੱਖੇ ਹਨ, ਰਹਿਣ ਵਾਸਤੇ ਨਵੇਂ ਬਣੇ ਹਨ। ਇਸੇ ਤਰ੍ਹਾਂ ਪੁਰਾਣੀਆਂ ਸਾਖੀਆਂ, ਪੁਰਾਣ ਜੋ ਕੁਛ ਵੀ ਸਾਡੇ ਇਤਿਹਾਸ ਗ੍ਰੰਥਾਂ ਵਿੱਚ ਲਿਖਿਆ ਹੈ ਸੱਚ ਹੈ, ਪਰ ਇਸ ਸਭ ਕੁਛ ਤੇ ਮੋਹਰ ਇਸ ਵੇਲੇ ਗੁਰੂ ਨਾਨਕ ਦੀ ਲੱਗੀ, ਕਿਉਂਕਿ ਸਮਾਂ ਗੁਰੂ ਨਾਨਕ ਦਾ ਹੈ। ਤਾਂ ਗੁਰੂ ਨਾਨਕ ਦੇ ਪਿਆਰਿਓ, ਗੁਰੂ ਕੀ ਸੰਗਤ ਵਿੱਚ ਬੈਠੇ ਹਾਂ। ਅੱਜ ਅਸੀਂ ਪਿਛਲੇ ਪੁਰਾਣ ਵਾਚ ਰਹੇ, ਪਰ ਉਹ ਜਿਨ੍ਹਾਂ ਉੱਤੇ ਸਾਹਿਬ ਨੇ ਮੋਹਰ ਲਾਈ ਹੈ, ਜਿੱਥੇ ਬਾਣੀ ਦੇ ਅੱਖਰਾਂ ਵਿੱਚ ਯਾਦਗਾਰ ਆਈ ਹੈ ਕਿ ਸਤਿਯੁਗ ਤੈਂ ਮਾਣਿਓ, ਛਲਿਓ ਬਲ ਬਾਮਨ ਪਾਇਓ। ਮੋਹਰ ਲਾ ਦਿੱਤੀ ਨਾ ਬਲ ਦੇ ਉੱਤੇ, ਬਾਮਨ ਦੇ ਉੱਤੇ। ਤ੍ਰੇਤਾ ਤੈਂ ਮਾਣਿਓ, ਰਾਮ ਰਘਵੰਸ ਕਾ ਆਇਓ। ਮੋਹਰ ਲਾ ਦਿੱਤੀ। ਹੁਣ ਦੁਆਪੁਰ ਕ੍ਰਿਸ਼ਨ ਮੁਰਾਰ, ਕੰਸ ਕਿਰਤਾਰ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤਾਂ ਜਨ ਦੀਓ। ਕਲਯੁਗ ਪ੍ਰਮਾਣ, ਨਾਨਕ ਗੁਰੂ ਅੰਗਦ ਅਮਰ ਕਹਾਇਓ।
ਮਤ ਕੋਈ ਗੁਰੂ ਨਾਨਕ ਮੰਨ ਕੇ ਅੱਗੋਂ ਆਖੇ ਮੈਂ ਨਹੀਂ ਮੰਨਦਾ। ਇਸ ਵਾਸਤੇ ਅੱਗੇ ਟੂਕ ਦੇ ਦਿੱਤੀ ਹੈ, ਗੁਰੂ ਨਾਨਕ ਅੰਗਦ ਅਮਰਦਾਸ ਅਗਾ ਗੁਰੂ ਗ੍ਰੰਥ ਸਾਹਿਬ ਤੱਕ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ। ਇਹ ਅਬਚਲ ਰਾਜ ਹੈ, ਅਟਲ ਰਾਜ ਹੈ, ਆਦਿ ਪੁਰਖ ਫਰਮਾਇਓ। ਇਹ ਆਦਿ ਪੁਰਖ ਵਾਹਿਗੁਰੂ ਨੇ ਆਪ ਫਰਮਾਨ ਜਾਰੀ ਕੀਤਾ ਹੈ ਵੀ ਸਮਾਂ ਕਲਯੁਗ ਦਾ ਹੈ, ਕਲਯੁਗੀ ਜੀਵ ਗੁਰੂ ਨਾਨਕ ਨੂੰ ਮੱਥਾ ਟੇਕੋਗੇ ਤਾਂ ਕਲਿਆਣ ਪਾਓਗੇ। ਸੁਣੋ ਬੇਸ਼ੱਕ ਸਭ ਨੂੰ ਸਾਖੀਆਂ ਸਭ ਦੀਆਂ ਸੁਣ ਕੇ ਕੋਈ ਗੁਣ ਜਿੱਥੋਂ ਮਿਲਦਾ ਹੈ ਜ਼ਰੂਰ ਲੈ ਲਓ, ਪਰ ਕਲਿਆਣ ਤਦ ਪਾਓਗੇ ਜਦੋਂ ਗੁਰੂ ਨਾਨਕ ਨੂੰ ਮੱਥਾ ਟੇਕੋਗੇ। ਤੋ ਕੱਲ੍ਹ ਜ਼ਿਕਰ ਕਰਾਂਗੇ, ਤ੍ਰੇਤਾ ਤੈ ਮਾਣੀ ਰਾਮ ਰਘਵੰਤ ਕਹਾਇਓ, ਕੱਲ੍ਹ ਦੁਸਹਿਰਾ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।